40 साल ये घर पुराना घर है, 40 साल जिहड़े इस दे नाल नाल वाले घर वो कोई 30 साल पुराना, कोई 20 साल पुराना घर है। तो थोड़ा वीडियो पिछे दिखाऊंगा तो नाले दसूंगा एक दो रोचक गल्लां ते आपां करदे आं वीडियो शुरू। मेरे वल्लों तुहानूं सारयां नूं प्यार भरी सत श्री अकाल। सारे काम पर लग जांदे आ ते असीं रह जांदे घर च कल्ले। इत्थे इह है वी जे तां तुसीं काम करदे आ फिर तां तुहाडा टाइम पास हो ही जांदा। जे तुसीं इह कंट्री विच वेहले आ बस फिर देख जो कंधां वल्लों बैठ के, इदा कंधा वालों देखी जाओ। वैसे मेरे इंडिया आने के दिन थोड़े रह गए हूँ, तो जूँ जूँ टाइम नेड़े आता जाई जाता इंडिया वाला तो समा स्लो हों जाई जा रहा, टाइम नहीं लंघ रहा है। मैं क्या भी उदर जाना अजे जाइए। चलो अज एक वीर ने ही मिलना वा, देखो तो उन्होंने ही मिलेंगे। तो वह कह रहे थे कहते शाम को डिनर इकट्ठे करते हैं, तो हूँ दोपहर हो चुके हैं। तो चाह चू पीती, चाह पी के फिर वॉकिंग करके आए, तुर फिर के आए हैं, एक डेढ़ घंटा बाहर पा के आए हैं। तो हूँ मैं फिर थोड़ा जहा रोटी खा पी लीए, ठीक है जी, लगे ने उधर खाण। तो बाकी सोना वैसे चली जा रहा, हूँ तो आदत जी हो गई, उठी दा बैठी दा खाई दा पी दा। तो बहुत सा प्यार सत्कार भी मिल रहा, तो धन्यवाद थोड़े सारे जो बंदे अपनों इन्ना ना प्यार भी दे रहे हैं। ਤੇ ਹੁਣ ਖਾ ਲਈ ਫਿਰ ਰੋਟੀ ਥੋੜੀ ਜੀ, ਰੋਟੀ ਤੋਂ ਬਾਅਦ ਗੁੜ। ਮੈਂ ਕਹਿੰਦਾ ਜੀ ਦੋ ਡੱਬੇ ਤੇ ਗੁੜ ਵਾਲੇ, ਇੱਕ ਡੱਬਾ ਕਿੱਧਰ ਆ ਪਿਆ? ਆ ਇਹਦੇ ਪੀਸ ਵੱਡੇ, ਇਹਦੇ ਛੋਟੇ, ਇਹ ਬੰਨੇ ਇਹਦੇ ਚੌਲ। ਚੰਗਾ ਲੱਗਦਾ ਮੈਨੂੰ, ਆਦਤ ਪਈ ਹੋਈ ਇੰਡੀਆ ਵਾਲੀ ਇਹ ਵੀ ਰੋਟੀ ਤੋਂ ਬਾਅਦ ਮੂੰਹ ਮਿੱਠਾ ਕਰਨਾ ਹੀ ਕਰਨਾ। ਠੰਡ 'ਚ ਕੁੱਟ ਕੇ ਖਾ ਲਈ ਤਾਂ ਥੋੜ੍ਹਾ ਜਿਹਾ ਖੁੱਲ੍ਹ ਜਾ, ਕੈਮਰਾ ਬੰਦ ਕਰਨਾ ਪੈਣਾ ਮੈਨੂੰ। ਜਿਹੜੇ ਘਰ 'ਚ ਰਹਿ ਰਿਹਾ ਮੈਂ ਨਾ, ਇਹ ਘਰ 40 ਸਾਲ ਪੁਰਾਣਾ ਘਰ ਹੈ। ਹਾਂ ਬੀਬੀ, ਕਹਿ ਦੂਗਾ ਕੋਈ 40 ਸਾਲ ਘਰ ਪੁਰਾਣਾ ਇਹ? ਆਪਣੇ ਇੰਡੀਆ 'ਚ ਤਾਂ ਬਹੁਤ ਪੁਰਾਣਾ ਲੱਗਣ ਲੱਗ ਜਾਂਦਾ। ਇੱਥੇ ਬਾਹਰ ਤੇ ਵੀ ਲੁੱਕ ਇੱਦਾਂ ਲੱਗਦੀ ਵੀ ਜਿੱਦਾਂ ਸਾਰੇ ਘਰਾਂ ਦੀ ਲੁੱਕ ਨਾ ਇੱਕੋ ਜਿਹੀ ਬਣਾਈ ਹੋਈ ਆ, ਵੀ ਜਿੰਨੇ ਵੀ ਵਧੇ ਇੱਕੋ ਹੁੰਦੀ ਸਾਰੇ। ਹਾਂ ਬਾਹਰਲੇ ਘਰ ਦਾ ਕਿਸੇ ਨੇ ਬਾਜ ਖੜਾਤਾ ਘਰ ਦੇ ਉੱਪਰ, ਉਹ ਨਵਾਂ ਡਿਜ਼ਾਇਨ ਆ ਗਿਆ, ਕਿਸੇ ਨੇ ਕੁਛ ਕਰਤਾ, ਕਿਸੇ ਨੂੰ ਪਲੇਟਾਂ ਜੀ ਪਾਉਣ ਲੱਗ ਗਏ ਹੁਣ। ਇਸ ਕਰਕੇ ਫਿਰ ਘਰ ਨਾ ਥੋੜੇ ਥੋੜੇ ਪੁਰਾਣੇ ਲੱਗਣੇ, ਨਵੇਂ ਡਿਜ਼ਾਇਨ ਦਾ ਘਰ ਨਹੀਂ ਹੈਗਾ। ਇੱਥੇ ਇੱਥੇ ਸਾਰੇ ਇੱਕੋ ਜਿਹੇ ਘਰ ਆ, ਸਭ ਇੱਕੋ ਜਿਹੇ, ਇੱਕੋ ਜਿਹੇ ਅੰਦਰ ਤੇ ਵੀ ਬੈਠਣ ਵਾਸਤੇ ਉੱਠਣ ਵਾਸਤੇ ਵਧੀਆ ਸਾਰੇ। ਰੰਗ ਕਰਾਇਆ ਕਾਲੇ ਨੇ, 2 ਸਾਲ ਹੋ ਗਏ। ਅੱਛਾ ਜੀ, ਪੰਤ ਗੱਡੀ ਹੈ ਗੁੱਬੇ ਤੇ। ਅੱਛਾ, ਰਸੋਈ ਖੁੱਲੀ ਕਰੀ ਹੈ। ਹਾਂ ਆ ਵੀ ਰੂਮ ਹੈ ਬੜਿਆ ਵਾ ਤੇ ਇੱਧਰ। ਅੱਛਾ, ਉਹ ਪਹਿਲਾਂ ਜਿਹੜਾ ਜਿੱਥੇ ਹੁਣ ਅਸੀਂ ਰੋਟੀ ਖਾਧੀ ਪਹਿਲਾਂ, ਉਹ ਨਾ ਇੱਕ ਰੂਮ ਹੁੰਦਾ ਸੀ, ਉਹ ਰਸੋਈ ਦੇ ਵਿੱਚ ਤੇ ਇੱਕ ਪਾਰਟ ਕੱਢਤਾ ਸਿੱਧਾ, ਉਹ ਬਣਾਤਾ ਬੈਠਣ ਵਾਸਤੇ, ਤੇ ਟੀਵੀ ਲਾਤਾ ਉਹ ਸਾਹਮਣੇ, ਤੇ ਇੱਥੇ ਆ ਬੈਠਣਾ ਸਿਟਿੰਗ ਰੂਮ। ਤਾਂ ਹੁਣ 2 ਬਣ ਗਏ, ਉੱਧਰ ਵੀ ਸਿਟਿੰਗ ਰੂਮਾਂ 'ਚ ਜਦੋਂ ਸਾਰੇ ਉੱਥੇ ਖਾਣਾ ਬਣ ਕੇ ਸਾਰੇ ਉੱਥੇ ਬੈਠ ਜਾਂਦੇ ਪਰਲੇ ਰੂਮ ਦੇ ਵਿੱਚ, ਫਿਰ ਹਾਂ ਇਹ ਆ ਵਿੱਚ ਟੀਵੀ ਦੇਖੀ ਜਾਂਦੇ, ਵਿੱਚ ਗੱਲਾਂ ਬਾਤਾਂ ਮਰੀ ਜਾਂਦੇ। ਹਾਂ ਜਿਹੜਾ ਇਹ ਪਰਿਵਾਰ ਆ ਬਹੁਤ ਵੱਡਾ, ਸ਼ਾਮ ਨੂੰ 5-6 ਵਜੇ ਸਾਰੇ ਇਕੱਠੇ ਹੋ ਜਾਂਦੇ, ਪਰ ਫਿਰ ਤਾਂ ਲੱਗਦਾ ਨਹੀਂ, ਐਂ ਲੱਗਦਾ ਜਿਹੜਾ ਪੰਜਾਬ 'ਚ ਬੈਠੇ ਹੁੰਦੇ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਵੀ ਇੱਥੇ ਲੋਕ ਆਪਣੇ ਘਰਾਂ ਕਾਹਤੇ ਨਹੀਂ ਬੁਲਾਉਂਦੇ ਕਿਸੇ ਨੂੰ, ਵੀ ਬਾਹਰ ਬਾਹਰ ਕਾਹਤੇ ਮਿਲਦੇ ਆ। ਉਹਦਾ ਮੈਂ ਕਾਰਨ ਇਹ ਕਹਿ ਸਕਦਾ ਵੀ ਹਰੇਕ ਦਾ ਟਾਈਮ ਟੇਬਲ ਹੈ, ਕੋਈ ਬੰਦਾ ਦਿਨ 'ਚ ਕੰਮ ਜਾਂਦਾ, ਕੋਈ ਬੰਦਾ ਰਾਤ ਨੂੰ ਜਾਂਦਾ। ਹੁਣ ਇਹ ਨਹੀਂ ਪਤਾ ਵੀ ਜੋ ਜਿਹੜਾ ਬੰਦਾ ਹੁਣ ਵੀ ਉਹਦੇ ਹੁਣ ਪਤਾ ਨਹੀਂ ਵਾਈਫ ਉਸ ਟਾਈਮ ਸੁੱਤੀ ਪਈ ਹੋਵੇ ਘਰ ਦੇ ਵਿੱਚ, ਜਾਂ ਬੱਚੇ ਸੁੱਤੇ ਪਏ ਹੁਣ। ਇਸ ਕਰਕੇ ਜਾਂ ਇਹ ਕਾਰਨ ਮੇਰੇ ਤੁਸੀਂ ਇਹ ਕਾਰਨ ਨਾਲ ਸਹਿਮਤ ਹੈ ਤਾਂ ਮੈਨੂੰ ਜ਼ਰੂਰ ਦੱਸਿਓ। ਮੈਂ ਵਿੱਚ ਵੀਡੀਓ ਤੋਂ ਪੁੱਛਿਆ ਵੀ ਤਾਂ ਵੀ ਆਪਣੇ ਘਰ 'ਚ ਲੋਕ ਕਾਹਤੇ ਨਹੀਂ ਬੁਲਾਉਂਦੇ ਹੈਗੇ, ਵੀ ਆਪਣੇ ਘਰ ਬਹੁਤ ਮੈਂ ਦੇਖੀ ਚੀਜ਼ ਇੱਥੇ ਵੀ ਆਪਣੇ 10 ਦਿਨ ਹੀ ਬਾਹਰ ਬਾਹਰ ਮਿਲਦੇ ਬੰਦਾ। ਮੈਨੂੰ ਨਹੀਂ ਵੀ ਹੋਰ ਵੀ ਬੰਦਾ ਤੁਸੀਂ ਦੇਖਿਆ ਹੋਣਾ ਵੀ ਆਪਣੇ ਘਰ ਨਹੀਂ ਸੱਦ ਦੇਖੇ ਕਿਸੇ ਨੂੰ ਵੀ ਬਾਹਰ ਬਾਰੇ ਮਿਲਦਾ। ਮੈਂ ਤਾਂ ਕਾਰਨ ਤਾਂ ਇਹੀ ਕਹਿ ਸਕਦਾ ਵੀ ਉਹਨਾਂ ਦਾ ਹਰੇਕ ਦਾ ਆਪਣਾ ਸ਼ਡਿਊਲ ਹੁੰਦਾ ਵੀ ਕਿਹੜੇ ਕਿਹੜੇ ਟਾਈਮ ਉੱਠਣਾ, ਕਿਹੜੇ ਟਾਈਮ ਪੈਣਾ। ਕੋਈ ਬੰਦੇ ਹੁਣ ਕਿਰਾਏਦਾਰ ਆਪਣੇ ਘਰ 'ਚ ਰੱਖੇ ਹੋਏ ਮੁੰਡੇ, ਉਹ ਆ ਕੇ ਸੁੱਤੇ ਨਾ ਪਏ, ਹੁਣ ਆਪਾਂ ਜਿਹਨੇ ਹੁਣ ਮਿਲਣਾ ਫਿਰ ਉਹਨਾਂ ਦਾ ਹਾਹਾ ਹੀ ਤਾਂ ਕਰਨੀ ਹੁੰਦੀ, ਕੋਈ ਉੱਚੀ ਉੱਚੀ ਬੋਲਣਾ ਹੁੰਦਾ। ਕਾਰਨ ਸਹੀ ਹੈ ਜਾਂ ਗਲਤ ਹੈ, ਮੈਨੂੰ ਤਾਂ ਇਹੀ ਲੱਗਦਾ। ਬਹੁਤ ਖੁਸ਼ਬੂ ਆ ਰਹੀ ਹੈ, ਤੜਕੇ ਲੱਗ ਰਹੇ ਆ। ਜਦ ਬੀਬੀ ਤੜਕਾ ਲਾਉਂਦੀ ਹੈ ਨਾ, ਅਤੇ ਮੈਂ ਤਾਂ ਘਰ ਪੂਰਾ ਮਹਿਕ ਜਾਂਦਾ। ਦੇਖੋ ਕਿੱਧਰ ਜਦ ਤੜਕਾ ਲਾਉਂਦੀ, ਵੀ ਥੋੜ੍ਹਾ ਹੋਰ ਜਿਹਾ ਸਟਾਈਲ ਦੱਸਦੇ ਹਾਂ ਅੱਜ। ਇੱਧਰ ਜਿਹੜਾ ਕਨੇਡਾ ਤੜਕਾ ਲਾਉਂਦੇ ਉਹ ਕਿੱਦਾਂ ਲਾਉਂਦੇ ਆ? ਹੌਲੇ ਹੌਲੇ ਪੜਦੇ ਇਹ, ਆਹ ਲਓ ਜੀ ਚਾਨਣਾ ਹੋ ਗਿਆ। ਲੈ ਬੀਬੀ ਦੱਸੀ ਅੱਜ, ਆਹ ਬੰਦ ਕਰਦਾ ਪੱਖਾ ਮਾੜਾ, ਜ਼ਿਆਦਾ ਪਾ ਜ਼ਿਆਦਾ ਵਿੱਚ। ਜਿਹੜੇ ਇੱਧਰ ਕਨੇਡਾ ਦੇ ਤੜਕੇ ਲਾਉਂਦੇ ਉਹ ਕਿੱਦਾਂ ਲਾਉਂਦੇ ਆ, ਕਿਆ ਕੁਛ ਪਾਇਆ ਦੱਸੋ ਜੀ।
छोले काले छोले इधर उबाली आ गए चमचे छोले तरी छोले इधर उबालते मशीन अपना दूजा है ते तड़का इधर लग रहा आलू फिर पाते भी हुण आलू खड़मे आलू रखने हुण जो दूजे पाए सी विच तरी गड़ी करन वास्ते ठीक है ठीक है ठीक है ठीक है ठीक है ठीक है पर बीबी तड़के वाले का बट कढ दिंदी है नहीं बीबी बहुत स्वाद बीबी बाहर चलते हैं बीबी कहते पसंद किसी तो फिर नहीं आता इधर वायके आड इधरली साइड तुम दिखा मैं तो चलिए बहर अच गर्मी बहुत ज़्यादा भी अच्छ इधर बाहर किधर खुलना निकल खुलना यह क्या हो गया अच्छा थले फसे उधर साड़ी फसल मैं कहना फसल कितने फिर दिखाइए हूँ उत साढ़े इधर एसी लगे हुए तो मिर्चा लगे हुई हैं बाजी साडा घर का बड़ा वो सारी बागबानी करता हूँ इतने चलो नेड़े जाकर दिखा दिता मैं थोड़ी जी दिखा इधर अगे आके मिर्चा लगी मिर्ची कतोड़ ले चली है मिर्च हो गई बड़ी हाँ लो जी मैं कहता उन्होंने नाले कि बागबानी दिखाव तो वधिया हो जाए मैं इधर एक मैं चीज़ देखी फल बहुत उतरदा सारी बागबानी ने उधर जिदा कद्दू कल कद्दू तोड़े इतने तो कद्दू बनाए हुए सी ते आहा बेल मेरे ख्याल चुकी करेल की ना वो खीरिया की बेल है आ भी खीरे आ खीरा लग्या हुआ एक दो खीरे ये हूँ मैं कहना मैं लेना जा मैं तुम चला पे तोड़ लेन पर मज़ा आता ना जब बंदा ज अपने हाथों ना जब फसल उगाने या फिर वह खीरा तोड़ता बंदा आप अपनी फसल का उगाया फिर बहुत वधिया लगता आप तोड़न गया कि उन्हें बाजी ने आँदी सर ना फिर इतने जो घर दे बड़े फिर आँदी सर इतने भजदा पिछे न जी कोई बड़ी चीज़ फिर आके तोड़ते हैं तो आ घर इधर जो मैं दस रहा भी 40 साल पुराना घर है वो सामने घर है एक उधर देखो तकरीबन सारे इदा ही घर है भी कोई 30 साल पुराना कोई 40 साल पुराना है अंदर तो मैंने कि सवार रहा बाहर तो सेम ही है बस बाहर तो बस माड़ा मोटा रंग पेंट होंगे इन्हों 40 साल पुराना घर हाँ लो जी वीर जी मिलन आए हैं जी तो इतने अपने मैं मिलन आए थे हूँ चाह पानी पीता हूँ असं चले हैं तो मिले बहुत चंगा लगे भाई सूँ मिलकर हाँ उधर वो उधर घा कट रही करके आवाज की थोड़ी प्रॉब्लम आई होनी है शुक्रिया भाजी बहुत जी थोड़ा हाँ चलिए सू बहुत टाइम से सा गलबात होंगी रही है तो जो तीन गए जो भी साड़ी उन्होंने गलबात होंगी रही कहें इतने मिलना तो वह ज़्यादा कहें हम वीकेंड मिलना पर वीकेंड साढ़े को टाइम नहीं तो होंगे वो पे शूज अंदर चुका मैं लगता रहा मैं पता नहीं कितने गए बाहर आ गया चलो चल हस गया भाजी की हाल हस्सी ठीक है जी लग गया टाइम फिर जी हाँ लो भाजी ने हर साहब इन्हें जी अपने बहुत टाइम तो साढ़े ना जुड़े हुए हैं तो फैमिली बड़ी भैंड फैमिली सारे होर दस दूँ राजस्थान तो राजस्थान कहड़ा नगर जी गंगानगर गंगानगर तो पिछले उन्होंने वाइफ ने तो बहुत प्यार दिता तो अच्छ कहने पर साढ़ा टाइम टेबल नहीं तो बन रहा है तो अज फिर भी बनया हूँ चलते चलो बैठते भाजी ने गल बातें तो कि टाइम भाजी थोड़ा इतने आए हो जी मैं आलमोस्ट वैनकूवर 10 साल हो गए अच्छा 10 साल हो चले ठीक है वधिया इतने माहौल होंगे हाँ 10 साल होएगा सानू फिर ठीक है बच्चे सारे फैमिली इधर सारे 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 फैमिली ठीक बहुत सोहना भाजी सामने इंडियन फ्लेम है पहला असं ये आना था भाजी कहते भी यह एक नवा खुलिया जिते अज अं जाके आए हैं तो जिते असं अज जाके नवा खुलिया
ਤੇ ਵਧੀਆ ਠੀਕ ਲੱਗਿਆ ਮੈਂ ਥੋੜ੍ਹੀ ਜਿਹੀ ਖਾਣਾ ਬੜਾ ਸਵਾਦ ਤਾ ਪਰ ਸਰਵਿਸ ਥੋੜ੍ਹੀ ਜਿਹੀ ਮਾੜੀ ਲੱਗੀ ਹੈ ਬਾਕੀ ਠੀਕ ਤਾ ਵੈਸੇ ਅੱਜ ਹੈ ਵੀ ਭਾਅ ਜੀ ਜੇ ਵੀਕਐਂਡ ਸ਼ਾਇਦ ਉਹਨਾਂ ਦੇ ਵੇਟਰ ਵੀ ਜ਼ਿਆਦਾ ਹੁੰਦੇ ਹੋਣ ਅੱਜ ਇੱਕੇ ਇਕੱਲੀ ਕੁੜੀ ਤੇ ਉੱਥੇ ਅਤੇ ਬਾਕੀ ਵਧੀਆ ਤਾ ਖਾਣਾ ਹੈ ਤੁਹਾਨੂੰ ਕਿੱਦਾਂ ਲੱਗਿਆ ਭਾਅ ਜੀ ਤੁਸੀਂ ਵੀ ਦੱਸੋ ਆਪਣਾ ਇਹਨਾਂ ਦਾ ਜਿਹੜੇ ਦੂਸਰਾ ਦੂਸਰਾ ਇਹਨਾਂ ਦਾ ਹੈਗਾ ਰੈਸਟੋਰੈਂਟ ਉਹਦਾ ਕਰਕੇ ਮੈਂ ਇੱਥੇ ਗਿਆ ਸੀਗਾ ਅੱਛਾ ਜੀ ਉੱਥੇ ਕਾਫੀ ਰਸ਼ ਹੁੰਦਾ ਤੇ ਵਧੀਆ ਹੁੰਦਾ ਪਰ ਇੱਥੇ ਜਿੱਦਾਂ ਦੇਖਿਆ ਕਿ ਸਰਵਿਸ ਥੋੜੀ ਜਿਹੀ ਇਹਨਾਂ ਦੀ ਨਹੀਂ ਖਾਣਾ ਬੜਾ ਸਵਾਦ ਹੈ ਖਾਣੇ 'ਚ ਕੋਈ ਕਮੀ ਨਹੀਂ ਦੇਗੀ ਜੇ ਕੋਈ ਇਹਨਾਂ ਦਾ ਭਾਈ ਬੰਦਾ ਕੋਈ ਵੀਡੀਓ ਦੇਖਦਾ ਥੋੜੀ ਸਰਵਿਸ 'ਚ ਸੁਧਾਰ ਕਰ ਲਓ ਬਾਕੀ ਠੀਕ ਹੈ ਜੇ ਇਹਨਾਂ ਦਾ ਕੋਈ ਰੈਸਟੋਰੈਂਟ 'ਚ ਦੇਖਦਾ ਕੋਈ ਬੰਦਾ ਸ਼ਾਮ ਤਾਂ ਭਾਅ ਜੀ ਕਿਆ ਲਿਖਿਆ ਸੀ ਸ਼ਾਮ ਸੈਮ 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 ਚਾਟ ਸੈਮ ਚਾਟ ਸੈਮ ਚਾਟ ਜਿਹੜੀ ਦੂਜੀ ਲੋਕੇਸ਼ਨ ਹੈ ਉਹ ਆਕਾਸ਼ इंडिया सेवा का मौका दियो ठीक है भाजी हां जरूर एक रात वास्ते आयो मारा गल्ला छल्ला उत्थे फिर रहना ਤੁਹਾਨੂੰ ਪੂਰਾ ਭਾਅ ਜੀ ਪਿੰਡ ਦੇ ਮੁੰਡੇ ਸਾਰਿਆਂ ਨੂੰ ਦੇਖਦਾ ਕਹਿੰਦਾ ਤੁਹਾਡਾ ਪਿੰਡ ਮੈਨੂੰ ਆਪਣਾ ਆਪਣਾ ਜਿਹਾ ਲੱਗਦਾ ਸਭ ਨੂੰ ਜਾਣਦੇ ਭਾਅ ਜੀ ਆਪਣੇ ਜਿੰਨੇ ਮੇਰੇ ਪਿੰਡ ਦੇ ਯੂਟਿਊਬ ਬਲੌਗਰ ਹੈ ਸਾਰਿਆਂ ਨੂੰ ਜਾਣਦਾ ਕਹਿੰਦਾ ਪਿੰਡ ਦਾ ਤੁਹਾਡੇ ਦਾ ਪ੍ਰੇਮ ਵੀ ਆਪਸੀ ਸਾਰੇ ਤੁਸੀਂ ਕਿੱਦਾਂ ਵਿਆਹ ਸ਼ਾਦੀ ਇਕੱਠੇ ਹੁੰਦੇ ਆ ਕਾਰਜ ਸਾਰੇ ਇਕੱਠੇ ਕਰਦੇ ਮੁੰਡੇ ਦਾ ਪ੍ਰੇਮ ਆਸ ਬੜਾ ਚੰਗਾ ਲੱਗਦਾ ਮੈਂ ਹੁਣ ਥੋੜ੍ਹਾ ਜਿਹਾ ਹਨੇਰਾ ਹੋ ਚੱਲਿਆ ਉਹ ਬਾਪੂ ਆ ਰਿਹਾ ਇੱਕ ਲਾਈਟ ਦਾ ਵੀ ਉਹਨੇ ਲੋ ਜੀ ਆਪਣੇ ਘਰ ਆ ਗਏ ਅਤੇ ਸਾਰੇ ਬੰਦੇ ਸੌ ਗਏ ਅਤੇ ਹੁਣ ਤਾਂ ਹੀ ਮੈਂ ਹੁਣ ਥੋੜ੍ਹਾ ਜਿਹਾ ਹੌਲੀ ਬੋਲ ਰਿਹਾ ਬਸ ਆਹ ਲਾਈਫ ਇੱਥੇ ਕੰਮਾਂ ਪਰ ਲੰਘ ਜਾਂਦੇ ਆ ਘਰਾਂ ਆ ਜਾਂਦੇ ਆ ਫਿਰ ਉੱਠਦੇ ਫਿਰ ਕੰਮਾਂ ਪਰ ਲੰਘ ਜਾਂਦੇ ਆ ਜਾਂਦੇ ਬਸ ਆਹ ਲਾਈਫ ਚੱਲੀ ਜਾਂਦੀ ਹੈ ਹੁਣ ਉਹ ਜਿਹੜੇ ਆਪਣੇ ਭਾਅ ਜੀ ਮਿਲੇ ਵਸੇ ਇਹਨਾਂ ਦੇ ਵੀ ਹੁਣ ਸਵੇਰੇ ਇਹਨਾਂ ਨੇ ਕਹਿੰਦੇ ਜਿਹੜੀ ਉਹਨਾਂ ਦੀ ਵਾਈਫ ਸੀ ਕਹਿ ਰਹੇ ਅਤੇ ਸਾਨੂੰ ਅਸੀਂ 4 ਵਜੇ ਉੱਠਦੇ ਹਾਂ ਅਤੇ ਵਾਈਫ ਅਤੇ ਭਾਅ ਜੀ 5-6 ਵਜੇ ਕੰਮ ਪਰ ਲੰਘ ਜਾਂਦੇ ਬਸ ਜਦੋਂ ਹੁਣ ਸਾਨੂੰ ਅਸੀਂ ਇੱਥੇ ਘੁੰਮਦੇ ਫਿਰਦੇ ਹਾਂ ਬਸ ਸਾਹਮਣੇ ਲਾਈਫ ਇੱਕ ਬਣਾ ਲਈ ਛੋਟੀ ਜਿਹੀ ਬਸ ਉਹ ਵਿੱਚ ਕਹਿੰਦੇ ਸੀ ਸਾਰੇ ਯੂਟਿਊਬਰ ਵੀ ਦੇਖਦੇ ਸਾਰਾ ਕੁਝ ਇੱਥੇ ਚਲੋ ਗੱਲਾਂ ਚੱਲਦੀਆਂ ਰਹਿਣੀਆਂ ਅਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਅਤੇ ਪਈਏ ਹੁਣ ਟਾਈਮ ਵੀ ਬਹੁਤ ਹੋ ਚੱਲਿਆ ਟਾਈਮ ਤਾਂ ਵੈਸੇ ਬਹੁਤ ਨਹੀਂ ਹੋਇਆ ਹੈਗਾ ਟਾਈਮ ਤਾਂ 9:30 ਹੋਇਆ ਅਤੇ ਹਾਲੇ ਮੈਂ ਥੋੜ੍ਹਾ ਆਪਣਾ ਕੰਮ ਕਾਰ ਕਰੂੰਗਾ ਇੱਧਰ ਮੇਰਾ ਸਾਰਾ ਦਫ਼ਤਰ ਖੁੱਲ੍ਹਿਆ ਪਿਆ ਹੁਣ ਅਤੇ ਹਾਂ ਲੈਪਟੋਪ ਵਗੈਰਾ ਇੱਥੇ ਮੇਰਾ ਪਿਆ ਸਾਰਾ ਸਮਾਨ ਹੈ ਅਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲ ਜਾਣਾ ਸੀ ਅਗਲੀ ਵੀਡੀਓ 'ਚ।